ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਪਾਤੜਾ ਦੇ ਭਗਤ ਸਿੰਘ ਚੌਂਕ ਅਤੇ ਬਿਜਲੀ ਦੇ ਖੰਭਿਆਂ ਤੇ ਲੱਗੇ ਰਾਜਨੀਤਿਕ ਬੋਰਡ ਬਣ ਸਕਦੇ ਹਨ ਹਾਸੇ ਦਾ ਕਾਰਨ। ਸ਼ਹਿਰ ਅੰਦਰ ਵੱਖ ਵੱਖ ਥਾਵਾਂ ਤੇ ਰਾਜਨੀਤਿਕ, ਸਮਾਜਿਕ ਅਤੇ ਹੋਰ ਸੰਸਥਾਵਾਂ ਦੇ ਵੱਲੋਂ ਆਪਣੀ ਸ਼ੋਹਰਤ ਦੇ ਨਾਲ ਕਰਵਾਏ ਜਾਣ ਵਾਲੇ ਸਮਾਗਮਾਂ ਸੰਬੰਧੀ ਲਗਾਏ ਜਾ ਰਹੇ ਫਲੈਕਸ ਲੋਕਾਂ ਦੇ ਲਈ ਪਰੇਸ਼ਾਨੀ ਦਾ ਕਾਰਨ ਬਣਦੇ ਜਾ ਰਹੇ ਹਨ। ਭਾਵੇਂ ਨਗਰ ਕੌਂਸਲ ਪਾਤੜਾ ਦੇ ਵੱਲੋਂ ਫਲੈਕਸ ਨਾ ਲਗਵਾਉਣ ਸੰਬੰਧੀ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ, ਪਰੰਤੂ ਇਸ ਦਾ ਅਸਰ ਲੋਕਾਂ ਤੇ ਨਹੀਂ ਹੁੰਦਾ। ਜਦੋਂ ਨਗਰ ਕੌਂਸਲ ਪ੍ਰਧਾਨ ਰਣਵੀਰ ਸਿੰਘ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਵਾਰ ਵਾਰ ਕਹਿਣ ਤੇ ਲੋਕ ਰਾਸਮੇ ਫਲੈਕਸ ਲਾ ਜਾਂਦੇ ਹਨ ਜਿਨ੍ਹਾਂ ਨੂੰ ਸਵੇਰ ਸਮੇਂ ਉਤਾਰ ਦਿੱਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਜਲਦੀ ਹੀ ਸ਼ਹਿਰ ਦੇ ਚੌਂਕ ਅਤੇ ਹੋਰ ਥਾਵਾਂ ਤੇ ਫਲੈਕਸ ਨਾ ਲਗਾਉਣ ਸੰਬੰਧੀ ਨੋਟਿਸ ਬੋਰਡ ਲਗਾਇਆ ਜਾਵੇਗਾ। ਉੱਥੇ ਜਿਹੜੇ ਪੁਲਿਸ ਆਏ ਸਾਡੇ ਮੁਲਾਜ਼ਮ ਖੜਦੇ ਨੇ ਟ੍ਰੈਫਿਕ ਆਏ, ਉਹਨਾਂ ਕਈ ਵਾਰੀ ਮੈਂ ਆਪ ਖੁਦ ਬੇਨਤੀ ਕੀਤੀ ਸੀ ਕਿ ਜੋ ਕੋਈ ਫਲੈਕਸ ਲਾਉਣ ਆਉਂਦਾ ਚੌਂਕ ਜੋ ਨਾ ਲੱਗਣ ਦਿਓ। ਹੁਣ ਰਾਤ ਨੂੰ ਲੋਕੀ ਲਾ ਜਾਂਦੇ ਨੇ ਤੜਕੇ, ਫਿਰ ਮੈਨੂੰ ਲਵਾਉਣੇ ਪੈਂਦੇ। ਜਿਹੜੇ ਬਜਾਜ ਲੱਗੇ ਹੋਏ ਨੇ ਉਹ ਬਿਜਲੀ ਬੋਰਡ ਦੇ ਖੰਭਿਆਂ ਤੇ ਲੱਗੇ ਹੋਏ ਨੇ, ਉਹ ਬਿਜਲੀ ਬੋਰਡ ਦੇ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਕਈ ਵਾਰੀ ਕਿਹਾ ਗਿਆ, ਉਹ ਲਾ ਕੇ ਲਿਆ ਜਾਂਦੇ ਨੇ ਫਿਰ ਲੋਕੀ ਲਾ ਦਿੰਦੇ ਨੇ। ਇਹ ਤਾਂ ਮੈਂ ਕਹਿੰਦਾ ਲੋਕਾਂ ਨੂੰ ਚੇਤਨ ਹੋਣ ਦੀ ਲੋੜ ਹੈ। ਜਿਹੜੇ ਸਾਡੇ ਪਾਤੜਾ ਸ਼ਹਿਰ ਦੇ ਲੋਕ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਅੱਜ ਕੱਲ੍ਹ ਸੋਸ਼ਲ ਮੀਡੀਆ ਜਿਹੜਾ ਹੈਗਾ, ਵਟਸਐਪ ਬੜਾ ਚੱਲਦਾ ਵਾ, ਇਹਨਾਂ ਫਲੈਕਸ ਦੀ ਕੋਈ ਲੋੜ ਨਹੀਂ ਹੈ। ਇਹ ਇਸ ਕਰਕੇ ਫੇਸਬੁੱਕ ਤੇ ਸੋਸ਼ਲ ਮੀਡੀਆ ਰਾਹੀਂ ਆਪਣੀ ਜਿਹੜਾ ਉਹ ਗੱਲ ਪ੍ਰਚਾਰ ਕਰਨ, ਇਹਦੇ ਨਾਲ ਵੀ ਲੋਕਾਂ ਦਾ ਨੁਕਸਾਨ ਹੁੰਦਾ ਵਾ। ਫਲੈਕਸ ਨਾ ਲਾਏ, ਉਹ ਅਸੀਂ ਸਾਈਨ ਬੋਰਡ ਲਾ ਰਹੇ ਹਾਂ, ਇੱਕ ਲਾਵਾਂਗੇ ਅਸੀਂ ਜ਼ਰੂਰ। ਸਾਡਾ ਸਾਈਨ ਬੋਰਡ ਟੈਂਡਰ ਪਾਸ ਹੋ ਗਿਆ, ਪੂਰੇ ਸ਼ਹਿਰ ਦੇ ਅੰਦਰ ਅਸੀਂ ਮੱਲੇ ਵਾਈਜ ਸੜਕ ਤੇ ਨਿਸ਼ਾਨ ਦੇ ਕਰਨੀ ਵੀ ਇਹ ਸੜਕ ਕਿੱਧਰ ਨੂੰ ਜਾਂਦੀ, ਉਹ ਸਾਈਨ ਬੋਰਡ ਲਾ ਰਹੇ ਮੈਂ। ਉਸ ਟਾਈਮ ਅਸੀਂ ਬੋਰਡ ਲਾਵਾਂਗੇ ਵੀ ਇੱਥੇ ਕੋਈ ਫਲੈਕਸ ਲਾਣੀ, ਸਖਤ ਮਨਾ ਵਾ, ਜੇ ਕੋਈ ਲਾਊਗਾ ਤੇ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਊ। ਪਾਤੜਾ ਤੋਂ ਸਤਪਾਲ ਕਰਕੇ ਰਿਪੋਰਟ।